डीजी पैलेस में व्यापारी वर्ग की खास मीटिंग हुई, जिसमें श्रोमणी अकाली दल व बीजेपी की पार्टी से संबंधित व्यापारी पहुंचे। इस मौके पर व्यापारी वर्ग के प्रधान स्वरूप सिंगला व उप मुख्यमंत्री के निजी सलाहकार परमजीत सिंह सिंधवा विशेष तौर पर पहुंचे। इस मौके पर स्वरूप सिंगला जी ने बताया कि आज की मीटिंग का मुख्य मकसद हर प्रकार के व्यापारी की समस्या सुनना है और जिन समस्याओं का हल मौके पर किया जा सकता है वे किया गया है और जो बड़ी समस्याएं हैं उनका जल्द हल करने का आश्वासन दिया। इस मौके पर अलग अलग व्यापार के सदस्यों ने अपने मांग पत्र सिंधवा जी व सिंगला जी को सौंपे। इस मौके पर मूंगा जिला की श्रोमणी अकाली दल व बीजेपी की लीडरशिप हाजिर थी। इस तरह के जिमें दो तीन आइटम कुछ सेंटर संबंधित आइटम ने, जिमें पेस्टीसाइड का मामला है। पेस्टीसाइड के 35-40 साल पुराने जो लाइसेंस है उन्होंने सेंटर सरकार ने एक लाजमी किया है कि BSC एग्रीकल्चर जो होना चाहिए। मैं कहूँगा कि ये जिहड़ा हैगा व्यापारियों वास्ते बड़ा औखा है, क्योंकि जिहड़े पुराने लाइसेंस है उन्हां ते लागू नहीं होना चाहिए, जिहड़े नवें लाइसेंस है उन्हां ते लागू होना चाहिए। तो असी व्यापारियों नाल गल की है कि इहनूं असी सेंटर सरकार इहदा मामला उठावांगे, तो मैनूं उम्मीद है कि मसला जिहड़ा हैगा असी आने वाले टाइम दे विच जिहड़ा हल करना। दूजा एक सब तो वड्डी समस्या व्यापारियों नूं आ रही है, डब्बा बंद जिहड़े सैंपल आउंदे आ पेस्टीसाइड दे सैंपल आउंदे आ ਉਹ ਸੈਂਪਲਾਂ ਦੇ ਵਿੱਚ ਜਿਹੜੀ ਕਿਤੇ ਸੈਂਪਲ ਫੇਲ ਹੁੰਦਾ ਹੈ ਅਤੇ ਇਹ ਕੰਪਨੀ ਦੇ ਨਾਂ ਹੋ ਕੇ ਵਪਾਰੀ 'ਤੇ ਪਹਿਲਾਂ ਪਾਰਟੀ ਨੂੰ ਬਣਾਇਆ ਜਾਂਦਾ ਹੈ, ਉਹਦਾ ਵੀ ਇੱਕ ਮਾਮਲਾ ਸਾਹਮਣੇ ਆਇਆ। ਉਹ ਵੀ ਅਸੀਂ ਸੈਂਟਰ ਸਰਕਾਰ ਨਾਲ ਟੇਕ ਆਊਟ ਕਰਕੇ ਉਹਨੂੰ ਹੱਲ ਕਰਾਵਾਂਗੇ। ਬਾਕੀ ਜਿਹੜੇ ਮਸਲੇ ਜਿਹੜੇ ਅਸੀਂ ਅਸੈਸਮੈਂਟ ਦੇ ਲੋਕਾਂ ਨੂੰ ਡਿਪਾਰਟਮੈਂਟ ਜਿਹੜਾ ਸੇਲ ਟੈਕਸ ਡਿਪਾਰਟਮੈਂਟ ਜ਼ਿਆਦਾ ਤੰਗ ਕਰਦਾ ਸੀਗਾ, ਅਤੇ ਉਸ ਜਿਹੜਾ ਪਿਛਲੇ ਟਾਈਮ ਦੇ ਵਿੱਚ ਅਸੀਂ ਕੰਮ ਕੀਤਾ ਉਹ ਸਾਰੇ ਵਪਾਰੀ ਇਸ ਗੱਲ ਤੋਂ ਖੁਸ਼ ਹੈ ਕਿ ਸੇਲ ਟੈਕਸ ਡਿਪਾਰਟਮੈਂਟ ਤੋਂ ਵਪਾਰੀਆਂ ਨੂੰ ਕੋਈ ਸਮੱਸਿਆ ਇਸ ਟਾਈਮ ਨਹੀਂ ਆ ਰਹੀ। ਮੈਂ ਕਹੂੰਗਾ ਕਿ ਨੋ ਡਾਊਟ ਰਿਸੈਸ਼ਨ, ਵਰਲਡਵਾਈਡ ਰਿਸੈਸ਼ਨ ਚੱਲ ਰਿਹਾ, ਔਰ ਉਹ ਰਿਸੈਸ਼ਨ ਦੀ ਮਾਰ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ 'ਚ, ਸਾਰੇ ਹਿੰਦੁਸਤਾਨ ਹੀ ਨਹੀਂ ਸਾਰੇ ਵਰਲਡ ਦੇ ਵਿੱਚ। ਜਿਹੜਾ ਪ੍ਰੋਸੈਸ ਨਵਾਂ ਚੱਲ ਰਿਹਾ, ਨਵੀਂ ਇੰਡਸਟਰੀ ਆ ਰਹੀ ਹੈ, ਨਵੀਂ ਟੈਕਨੀਕ ਆ ਰਹੀ ਹੈ, ਦੇਖੋ ਜਦੋਂ ਸਮੇਂ ਦਾ ਲੋੜ ਹੈ ਬਦਲਾਅ, ਬਦਲਾਅ ਨਾਲ ਕਈ ਇੰਡਸਟਰੀਆਂ ਖਤਮ ਹੋ ਰਹੀਆਂ, ਕਈ ਇੰਡਸਟਰੀਆਂ ਨਵੀਆਂ ਆ ਰਹੀਆਂ। ਜਿਹੜੀਆਂ ਇੰਡਸਟਰੀਆਂ ਖਤਮ ਹੋ ਰਹੀਆਂ ਉਹਦੀ ਥਾਂ 'ਤੇ ਬਹੁਤ ਵੱਡੀ ਨਵੀਂ ਇੰਡਸਟਰੀ ਲੱਗ ਰਹੀ ਹੈ। ਲੋਹੇ ਦੀ ਇੰਡਸਟਰੀ ਗੱਲ ਕਰਦੇ ਹਾਂ ਕਿ ਉਹਦੇ 'ਤੇ 4.75 ਟੈਕਸ ਹੁੰਦਾ ਸੀ, ਅੱਧਾ ਕੀਤਾ, ਅੱਧਾ ਕਰਕੇ ਅਸੀਂ ਕੁਛ ਪੈਸੇ ਟੈਕਸ ਕੀਤਾ ਉਹਦੇ 'ਤੇ ਲਾਇਆ, ਫਿਰ ਵੀ ਉਹ ਇੰਡਸਟਰੀ ਸਰਵਾਈਵ ਨਹੀਂ ਕਰਨੀ। ਇਹਦਾ ਮਤਲਬ ਜਿਹੜੀ ਨਵੀਂ ਟੈਕਨੀਕ ਆ ਉਹਦੇ ਨਾਲ 6 ਰੁਪਏ ਕਿਲੋ ਲੋਹਾ ਸਸਤਾ ਪੈ ਰਿਹਾ। ਅਸੀਂ ਜਿਹੜਾ ਇਹ ਜਿਹੜਾ ਬਹੁਤ ਵਿਰੋਧੀ ਧਿਰ ਹੈ ਜਿਹੜੀ ਸਾਡੀ, ਇਹਨਾਂ ਗਲਤ ਮਤਲਬ ਜਿਹੜਾ ਹੈਗੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸਾਡੀ ਮੰਡੀ ਪ੍ਰਚਾਰ ਕਰ ਰਹੀ ਹੈ। ਜੋ ਇੰਡਸਟਰੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੀ ਅਸੀਂ ਜਿਹੜੀ ਪਾਲਿਸੀ ਬਣਾਈ ਹੈ ਕਿ ਅੱਧਾ ਟੈਕਸ ਜਿਹੜਾ ਹੈਗਾ 50% ਟੈਕਸ ਵਪਾਰੀ ਜੋ ਇੰਡਸਟਰੀ ਵਾਲੇ ਆਪਦੇ ਕੋਲ ਰੱਖ ਸਕਣਗੇ, ਉਹ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਇਹਨੇ ਸਕਸੈਸ ਹੋਣਾ ਅਤੇ ਬੜੀ ਅੱਛੀ ਇਨਵੈਸਟਮੈਂਟ ਦੇ ਮੁਤਾਬਕ ਆ ਰਹੀ ਹੈ। ਜਿਹੜੇ ਵਿਰੋਧੀ ਧਿਰ ਹੈ ਬੇਸਿਰ ਪੈਰ ਵਾਲੀਆਂ ਗੱਲਾਂ ਕਰ ਰਹੀ ਹੈ, ਉਹਨਾਂ ਕੋਲ ਗੱਲ ਕਰਨ ਨੂੰ ਕੋਈ ਮੁੱਦਾ ਨਹੀਂ, ਬਦਨਾਮ ਕਰਨ ਤੋਂ ਇਲਾਵਾ ਕੁਛ ਨਹੀਂ ਹੈ। ਮੋਗਾ ਸੇ ਗੌਰਵ ਮੂੰਗਾ ਕੀ ਰਿਪੋਰਟ, ਨੈਸ਼ਨਲ ਬਸ ਕੇ ਲੀਏ।